ਹਾਂਜੀ ਗਾਇਜ਼, ਕਿਵੇਂ ਹੋ ਸਾਰੇ? ਆਈ ਹੋਪ ਸਾਰੇ ਤੁਸੀਂ ਵਧੀਆ ਹੋਵੋਗੇ। ਕਾਫੀ ਦਿਨਾਂ ਮੈਂ ਵਲੋਗ ਅਪਲੋਡ ਕਰ ਰਿਹਾ, ਸੋ ਪਹਿਲਾਂ ਤਾਂ ਉਹਦੇ ਲਈ ਮਾਫ਼ ਕਰੋ ਕਿਉਂਕਿ ਟਾਈਮ ਜੇ ਮਿਲਦਾ ਨਹੀਂ ਹੈ ਕੰਮ ਕੁੰਮ ਕਰ ਕਰਕੇ। ਅਤੇ ਅੱਜ ਦਾ ਵਲੋਗ ਆਉਣ ਲੱਗਾ ਆਪਣਾ ਫੋਟੋਸ਼ੂਟ ਵਲੋਗ। ਅੱਜ ਵੀ ਆਪਾਂ ਫੋਟੋਸ਼ੂਟ ਉੱਪਰ ਹੀ ਜਾਂਦਾ ਜਾ ਕੇ ਕੋਠੇ ਦੇ ਉੱਤੇ ਸੈਟਅਪ ਜਿਹਾ ਲਾ ਕੇ। ਅੱਜ ਆਪਾਂ ਕਹਿੰਦਾ ਸਟੂਡੀਓ ਲਾਈਟਿੰਗ ਟਾਈਪ ਸ਼ੋ ਆ ਪਿਆ ਆਪਣੇ ਕੋਲ ਗ੍ਰੀਨ ਪੜਦਾ, ਸੋ ਗ੍ਰੀਨ ਪੜਦਾ ਯੂਜ਼ ਕਰਕੇ ਆਪਾਂ ਕਰਾਂਗੇ ਵਿਦਆਊਟ ਲਾਈਟਿੰਗ ਦੇ ਨੈਚੁਰਲ ਲਾਈਟ ਦੇ ਵਿੱਚ। ਅਤੇ ਇਕੱਲਾ ਕੈਮਰਾ ਆਪਣੇ ਕੋਲ ਦੋ ਟ੍ਰਾਈਪੋਡ ਹੈਗੇ ਆ, ਉਹਦੇ ਉੱਤੇ ਆਹ ਟਕਾ ਦੇਣਾ। ਅਤੇ ਚਲੋ ਦੇਖਦਾ ਕਿਵੇਂ ਦਾ ਰਿਜ਼ਲਟ ਆਉਂਦਾ, ਐਂਡ ਤੱਕ ਵਲੋਗ ਨੂੰ ਜ਼ਰੂਰ ਦੇਖਿਓ, ਉੱਥੇ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਲਾਈਕ ਜ਼ਰੂਰ ਕਰ ਦਿਓ। ਅਤੇ ਚਲੋ ਚੱਲੀ ਆ ਜਾਓ। ਅਤੇ ਹਾਂ, ਨਾਲੇ ਸ਼ਾਇਦ ਫੋਟੋਸ਼ੂਟ ਲਈ ਭਾਈ ਨੂੰ ਬੁਲਾਉਣਾ ਪਵੇ, ਅੱਜ ਭਾਈ ਦੀ ਛੁੱਟੀ ਹੋ ਸ਼ੁਕਰ, ਸੋ ਉਹਨੂੰ ਹੀ ਬੁਲਾਵਾਂਗੇ ਜਾਂ ਫਿਰ ਟਾਈਮ ਟੂਮਨ ਲਾ ਕੇ ਐਡਜਸਟ ਕਰਾਂਗੇ ਕਿਉਂਕਿ ਗਰਮੀ ਬਹੁਤ ਆ ਨਾ ਉੱਪਰ, ਫਿਰ ਜ਼ਿਆਦਾ ਟਾਈਮ ਤੱਕ ਲਾਉਣਾ ਨਹੀਂ ਹੈਗਾ, ਫਟਾਫਟ ਕਰਕੇ ਪਾ ਦੇਣਾ। ਅਤੇ ਚਲੋ ਚੱਲਦੇ ਹਾਂ ਹੁਣ, ਉਹਨੂੰ ਆਵਾਜ਼ ਵੂਜ ਮਾਰਦੇ ਆ ਵੀ ਜੀ ਆ ਰਿਹਾ ਭਾਈ ਕਰੀਏ। ਚਲੋ ਹੁਣ ਆਪਾਂ ਆ ਗਏ ਸੀਗੇ ਉਹ ਕੋਠੇ 'ਤੇ, ਆਹ ਪਰਦਾ ਲੈ ਕੇ ਅਤੇ ਆਹ ਦੋ ਟ੍ਰਾਈਪੋਡ ਨੇ ਆਪਣੇ ਕੋਲ। ਅਤੇ ਚਲੋ ਟਿਕਾਉਂਦੇ ਹੁਣ ਇਹਨਾਂ ਨੂੰ ਸਹੀ ਜਗ੍ਹਾ 'ਤੇ, ਪ੍ਰੋਪਰ ਥਾਂ 'ਤੇ, ਅਤੇ ਫਿਰ ਕਰਦੇ ਹਾਂ ਸ਼ੂਟ। ਚਲੋ ਕਾਫੀ ਲੰਬੀ ਹਾਈਟ ਇਹਨਾਂ ਦੀ ਹੋਈ। ਇਹਦੀ ਛੋਟੀ ਰਹੀ ਯਾਰ, ਇਹਦੀ ਤਾਂ ਕਾਫੀ ਥੋੜ੍ਹੀ। ਸੱਚੀ ਯਾਰ ਗਰਮੀ ਬਹੁਤ ਆ, ਪਰ ਜੋ ਮਰਜ਼ੀ ਕਹਿ ਲਓ ਬਾਹਲੀ ਗਰਮੀ ਹੋਈ ਪਈ। ਆ ਯਾਰ ਵੱਡਾ ਛੋਟਾ ਰਹਿ ਗਿਆ, ਦੇਖਦੇ ਹਾਂ ਨੀਚੇ ਨੂੰ ਕੋਈ ਜੁਗਾੜ ਲਾ ਕੇ ਲਾਉਣਾ ਪੈਣਾ ਫਿਰ ਇਹਨੂੰ, ਦੇਖਦੇ ਹਾਂ। ਇੱਦਾਂ ਘੁੱਟ ਗਿਆ, ਉਹ ਤਾਂ ਛੋਟਾ ਰਹਿ ਗਿਆ ਸੀ ਵਿਚਾਰਾ ਟ੍ਰਾਈਪੋਡ, ਤਾਂ ਇੱਥੇ ਮੇਗਰੀ ਟੰਗੀ ਤੀ ਅਤੇ ਉੱਥੇ ਟ੍ਰਾਈਪੋਡ ਨਾਲ, ਅਤੇ ਉੱਥੇ ਇੱਟਾਂ ਰੱਖਣੀਆਂ ਪਈਆਂ ਕਿਉਂਕਿ ਨਾ ਹਵਾ ਬਹੁਤ ਚੱਲਦੀ ਹੈ ਅਤੇ ਗਰਮੀ ਵੀ ਹੋਣੀ ਹੋ ਆ, ਹਵਾ ਦਾ ਤਾਂ ਪਤਾ ਨਹੀਂ ਲੱਗਦਾ, ਬਸ ਪੜਦਾ ਹੀ ਹਿੱਲੀ ਜਾਂਦਾ ਵਾਰ ਵਾਰ। ਮੈਂ ਇੱਦਾਂ ਕੁਛ ਕਰਕੇ ਲੱਗਿਆ ਫਿਲਹਾਲ, ਚਲੋ ਦੇਖਦੇ ਹਾਂ ਟਰਾਈ ਕਰਦੇ ਫੋਟੋ ਵਗੈਰਾ ਕਿਹੋ ਜਾਂਦੀਆਂ। ਜੇ ਵਲੋਗ ਅਪਲੋਡ ਹੋ ਰਿਹਾ ਤਾਂ ਮਤਲਬ ਫੋਟੋ ਸਹੀ ਹੋ ਆਈਆਂ, ਨਹੀਂ ਤਾਂ ਵਲੋਗ ਹੀ ਨਹੀਂ ਅਪਲੋਡ ਹੋਣਾ ਸੀ। ਅਤੇ ਆਹ ਦੇਖੋ ਗਾਇਸ ਕਿੰਨੀ ਹਵਾ ਚੱਲਦੀ ਹੈ, ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ। ਗਰਮੀ ਵੀ ਘੱਟ ਹੋਣੀ ਚਾਹੀਦੀ ਨਾ, ਫਿਰ ਇਹ ਤਾਂ ਲਾਈਨ ਸਾਫ਼ ਹੀ ਹੁੰਦਾ। ਚਲੋ ਦੇਖਦੇ ਹਾਂ, ਹਾਲ ਟਰਾਈ ਕਰਦੇ ਹਾਂ। ਪਹਿਲਾਂ ਤਾਰ ਜੀ ਕੱਢਣੀ ਪੈਣੀ ਜਿਹੜੀ ਵਿੱਚ ਆਉਂਦੀ ਆ ਉੱਥੋਂ, ਭਾਵੇਂ ਮੰਮੀ ਤੋਂ ਗਾਲੀ ਫੇਰਨਗੇ ਬਾਅਦ 'ਚ ਮੇਰੇ, ਤਾਂ ਫਿਲਹਾਲ ਤਾਂ ਕੱਢੀਏ ਯਾਰ, ਐਂ ਫੋਟੋ ਸ਼ੂਟ ਹੋਊਗਾ ਇੱਥੋਂ ਕੱਢਣੀ ਪੈਣੀ ਹੈ। ਚਲੋ ਕੱਢ ਕੇ ਮਿਲਦੇ ਹਾਂ ਭਾਈ। ਇੱਦਾਂ ਲੱਗ ਗਿਆ, ਤਾਰ ਵੀ ਤਾਰਤੀ ਹੈ ਅਤੇ ਡੰਡਾ ਆਪਾਂ ਤਾਂ ਲਾਤਾ ਵੀ ਥੋੜ੍ਹਾ ਜਿਹਾ ਸਟੇਟ ਰਹੇ, ਰਿੰਕਲ ਘੱਟ ਆਉਣ, ਨਹੀਂ ਤਾਂ ਫਿਰ ਐਡੀਟਿੰਗ ਔਖੀ ਹੋ ਜਾਣੀ ਆ। ਅਤੇ ਜੁਗਾੜ ਵੱਜੇ ਨਾ, ਆਪਾਂ ਪਰਦਾ ਟਿਕਾ ਤਾ ਲਿਆ, ਬਾਕੀ ਫੁੱਲ ਫੋਟੋ ਸ਼ਾਇਦ ਹੀ ਆਵੇ ਕਿਉਂਕਿ ਮੇਰੇ ਹਿਸਾਬ ਨਾਲ ਮੇਰੀ ਹਾਈਟ ਤੋਂ ਵੀ ਛੋਟਾ ਸ਼ਾਇਦ। ਅਤੇ ਕੋਸ਼ਿਸ਼ ਕਰਾਂਗੇ ਹਾਫ ਫੋਟੋ ਵਧੀਆ ਵਧੀਆ ਆਉਣ, ਅਤੇ ਰਿਜ਼ਲਟ ਨਹੀਂ ਆਉਣ ਤੱਕ ਜ਼ਰੂਰ ਵੇਟ ਕਰੋ, ਨਹੀਂ ਤਾਂ ਇੰਸਟਾਗ੍ਰਾਮ 'ਤੇ ਪੋਸਟ ਤਾਂ ਹੋ ਹੀ ਜਾਣਾ ਉਹ। ਅਤੇ ਚਲੋ ਹੁਣ ਚੱਲਦਾ ਨੀਚੇ ਨੂੰ, ਮਾੜਾ ਹਵਾ ਹੀ ਲੈ ਕੇ ਆਵਾਂ, ਪਸੀਨੇ ਨਾਲ ਬੁਰਾ ਹਾਲ ਹੋ ਗਿਆ। ਅਤੇ ਕੈਮਰਾ ਕੁਮਰਾ ਲੈ ਕੇ ਤਾਂ ਭਾਈ ਨੂੰ ਬੁਲਾ ਕੇ ਲੈ ਗਏ। ਚਲੋ ਸੋ ਗਾਇਜ਼, ਹੁਣ ਆਪਾਂ ਇੱਕ ਕੈਮਰਾ ਬੈਗ ਅਤੇ ਇੱਕ ਆ ਸਟੈਂਡ ਅਤੇ ਇੱਕ ਸਟੂਲ ਆਪ ਹੀ ਚੱਕ ਲੈਂਦਾ ਕਿਉਂਕਿ ਹੁਣ ਆਪਾਂ ਕਰ ਲੱਗਿਆ ਸੋਲੋ ਸ਼ੂਟ ਕਰਨਾ, ਭਾਈ ਤਾਂ ਵਿਚਾਰਾ ਥੱਲੇ ਦੁਕਾਨ 'ਚ ਬੈਠਾ। ਅਤੇ ਚਲੋ ਹੁਣ ਆਪਾਂ ਹੀ ਲੱਗਦੇ ਹਾਂ ਅਤੇ ਕਰਦੇ ਸ਼ੂਟ ਸਟਾਰਟ, ਦੇਖਦੇ ਕਿਵੇਂ ਦੀ ਫੋਟੋ ਆਉਂਦੀ ਟਾਈਮ ਟੂਮਰ ਲਾ ਕੇ, ਜੇ ਨਹੀਂ ਕੰਮ ਸਿਰਫ ਫਿਰ ਤਾਂ ਬੁਲਾਉਣਾ ਹੀ ਪੈਣਾ। ਚਲੋ ਅਤੇ ਚਲੋ ਕਰੀ ਆ ਲਓ। ਸੋ ਗਾਇਜ਼, ਪਹਿਲਾਂ ਆਪਾਂ ਖੋਲ੍ਹਾਂਗੇ ਇਹਨੂੰ ਸਟੈਂਡ ਨੂੰ ਅਤੇ ਦੇਖਦੇ ਕਿੰਨੀ ਹਾਈਟ ਬਣਦੀ ਆ, ਉਸ ਹਿਸਾਬ ਨਾਲ ਆਪਾਂ ਉੱਥੇ ਪੋਜ ਪੂਜ ਮਾਰਦੇ ਹਾਂ ਅਤੇ ਦੇਖਦੇ ਹਾਂ ਕਿਆ ਫੋਟੋ ਆਉਂਦੀਆਂ ਨੇ, ਅਤੇ ਐਂਡ 'ਤੇ ਜ਼ਰੂਰ ਦੇਖਿਆ ਰਿਜ਼ਲਟ ਲਈ। ਨਾਲੇ ਆਪਾਂ ਕੈਮਰਾ ਤੂਰ ਆਪਾਂ ਪੋਜ ਦਿੰਦੇ ਹਾਂ ਅਤੇ ਦੇਖਦੇ ਪਹਿਲਾਂ ਪਹਿਲੀ ਫੋਟੋ ਆਪਣੀ ਕਿਵੇਂ ਨਹੀਂ ਆਉਂਦੀ। ਚਲੋ ਟਾਇਲ ਮੋਡ ਦੇ ਹਿਸਾਬ ਨਾਲ ਆਪਣੀ ਫੋਟੋ ਕੁਝ ਇੱਦਾਂ ਦੀ ਆਈ ਹੈ, ਹਾਲੇ ਪੋਜ ਆਪਾਂ ਮਾਰੇ ਮੂਰੇ ਤਾਂ ਹੈ ਨਹੀਂ ਸੀ, ਸੋ ਠੀਕ ਹੈ ਆ ਰਹੀ ਹੈ ਮਤਲਬ। ਚਲੋ ਦੇਖਦੇ ਫੋਕਸ ਕਰਨਾ, ਥੋੜ੍ਹੀ ਦਿੱਕਤ ਆ ਰਹੀ ਆ, ਕੋਈ ਨਹੀਂ ਹੋ ਰਿਹਾ, ਬਸ ਮੈਨੂੰ ਫੋਕਸ 'ਤੇ ਲਾ ਕੇ ਹੁਣ ਕਰਨ ਲੱਗਿਆ ਹੋਇਆ। ਚਲੋ ਦੇਖਦੇ ਐਂਡ 'ਚ ਕੀ ਬਣਦਾ, 10-15 ਫੋਟੋ ਖਿੱਚਦੇ ਫਿਰ ਦੇਖਦੇ।
ਸੋ ਗਾਇਸ ਫੋਟੋ ਤਾਂ ਕਾਫੀ ਆ ਗਈਆਂ ਬਟ ਗਰਮੀ ਦੇਖ ਹੀ ਸਕਦੇ ਹੋ ਕਿੰਨਾ ਬੁਰਾ ਹਾਲ ਹੋ ਰਿਹਾ ਅਤੇ ਤੁਹਾਨੂੰ ਫੋਟੋਆਂ ਦਿਖਾਉਂਦੇ ਮਾੜੀ ਗਈਆਂ ਬਾਕੀ ਰਿਜ਼ਲਟ ਤਾਂ ਦੇਖ ਹੀ ਲੈਣਾ ਐਂਡ 'ਚ ਆ ਕੁਛ ਇੱਦਾਂ ਦੀਆਂ ਫੋਟੋਜ਼ ਆਈਆਂ ਨੇ ਅਤੇ ਅੱਜ ਹੋਰ ਖਿੱਚਣੀ ਆ ਪਹਿਲਾਂ ਪਸੀਨਾ ਸੁਕਾ ਲਈਏ ਗਿੱਲੀ ਟੀ ਸ਼ਰਟ ਆਉਣ ਲੱਗ ਗਈ ਉਹਨੇ ਯਾਰ ਆ ਗਰਮੀ ਦੇ ਸ਼ੂਟ ਕਰਨੇ ਬਾਹਲੇ ਔਖੇ ਨੇ ਇਨਡੋਰ ਸ਼ੂਟ ਹੀ ਸਹੀ ਰਹਿੰਦਾ ਅਤੇ ਚਲੋ ਹੁਣ ਫਿਲਹਾਲ ਥੱਲੇ ਨੂੰ ਚੱਲਦੇ ਹਾਂ ਕੈਮਰਾ ਆਪਾਂ ਉੱਪਰ ਹੀ ਛੱਡ ਕੇ ਚੱਲੇ ਹਾਂ ਵੀ ਗਰਮੀ ਹੈ ਨਾ ਬਾਹਰ ਤਾਂ ਰੱਖ ਨਹੀਂ ਸਕਦੇ ਐਵੇਂ ਗੇਟ ਆਪਾਂ ਲਾ ਲੈਣਾ ਅਤੇ ਥੱਲੇ ਜਾ ਕੇ ਪਾਣੀ ਪੂਣੀ ਪੀਂਦੇ ਹਾਂ ਫਿਰ ਦੁਬਾਰਾ ਉੱਪਰ ਚੜ੍ਹਦੇ ਹਾਂ ਹਵਾ ਵੱਲ ਲੈਂਦੇ ਹਾਂ ਆਹ ਦੇਖੋ ਗਾਇਸ ਦੇਖੋ ਪਾਣੀ ਪਾਣੀ ਹੋ ਗਿਆ ਮੈਂ ਤਾਂ ਸੋ ਗਾਇਸ ਹੁਣ ਆਪਾਂ ਸੁੱਕ ਗਏ ਹਾਂ ਅਤੇ ਦੁਬਾਰਾ ਚੱਲਦੇ ਹਾਂ ਹੁਣ ਕੋਠੇ ਦੇ ਉੱਤੇ ਜਿਹੜਾ ਸੈਟਅਪ ਲਾਇਆ ਉੱਥੇ ਜਾ ਕੇ ਆਪਾਂ ਖਿੱਚਦੇ ਹਾਂ ਫੋਟੋਜ਼ ਅਤੇ ਰਿਜ਼ਲਟ ਤੁਹਾਨੂੰ ਐਂਡ 'ਚ ਮਿਲੇਗਾ ਜਾਂ ਫਿਰ ਇੰਸਟਾਗ੍ਰਾਮ ਪਰ ਵੱਲ 'ਤੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਉੱਥੇ ਰਿਜ਼ਲਟ ਅਪਲੋਡਡ ਹੋਏਗਾ ਅਤੇ ਚਲੋ ਚੱਲੀ ਆ ਜਾਓ ਸੋ ਗਾਇਸ ਹੁਣ ਆਪਾਂ ਦੀਵਾਰ ਤੋਂ ਆ ਗਿਆ ਉੱਪਰ ਕੋਠੇ 'ਤੇ ਅਤੇ ਹੁਣ ਭਾਈ ਨੂੰ ਬੁਲਾਇਆ ਅਤੇ ਭਾਈ ਖਿੱਚੂਗਾ ਫੋਟੋ ਅਤੇ ਚਲੋ ਖਿੱਚੀਏ ਆਹ ਹਜੇ ਤੱਕ ਹੈਗਾ ਟਿਕਿਆ ਹੋਇਆ ਸੋ ਗਾਇਸ ਫੋਟੋਆਂ ਤਾਂ ਆ ਗਈਆਂ ਕਾਫੀ ਸਹੀ ਆ ਗਈਆਂ ਬਾਕੀ ਤੁਸੀਂ ਵੀ ਦੇਖ ਕੇ ਦੱਸ ਦਿਓ ਕਮੈਂਟਾਂ 'ਚ ਵੀ ਕਿਵੇਂ ਦੀਆਂ ਆਈਆਂ ਨੇ ਅਤੇ ਹੁਣ ਮੇਰੀ ਫੋਟੋ ਕੁਛ ਭਾਈ ਨਹੀਂ ਖਿੱਚੀਆਂ ਕੁਛ ਆਪਾਂ ਟਾਈਮਰ ਜਿਹਾ ਲਾ ਕੇ ਖਿੱਚ ਲਈਆਂ ਜਿਹੜਾ ਸੈਟਅਪ ਹੁਣ ਆਪਾਂ ਨੂੰ ਚੱਕਣਾ ਪੈਣਾ ਕਿਉਂਕਿ ਗਰਮੀ ਦੁੱਗਣੀ ਹੋ ਗਈ ਜਿੰਨੀ ਪਹਿਲਾਂ ਮੈਂ 2 ਘੰਟੇ ਪਹਿਲਾਂ ਦਾ ਫਰਕ ਪਿਆ ਨਾ ਗਰਮੀ ਬਹੁਤ ਜ਼ਿਆਦਾ ਹੈ ਸੋ ਹੁਣ ਹੀ ਦੇਖ ਲਓ ਹੁਣ ਹੀ ਸੁਕਾ ਕੇ ਅਤੇ ਫਿਰ ਗਿੱਲਾ ਹੋ ਗਿਆ ਅਤੇ ਫਿਲਹਾਲ ਲਈ ਗਾਇਜ਼ ਇੰਨਾ ਹੀ ਸੀਗਾ ਹੁਣ ਆਪਾਂ ਸੈਟਅਪ ਸੂਟ ਚੱਕਦੇ ਹਾਂ ਅਤੇ ਸਾਰਾ ਨੀਚੇ ਲੈ ਕੇ ਜਾਂਦੇ ਪਹਿਲਾਂ ਤਾਂ ਲਾਈ ਬੜਾ ਔਖਾ ਸੀ ਚੱਕਣ ਲੱਗੇ ਦੁੱਖ ਜਿਹਾ ਹੋ ਜਾਂਦਾ ਵੀ 3-4 ਫੋਟੋਆਂ ਹੋਰ ਖਿੱਚ ਲੈਂਦੇ ਤਾਂ ਜ਼ਿਆਦਾ ਵਧੀਆ ਸੀਗਾ ਚਲੋ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਚੱਲਦੇ ਹਾਂ ਹੁਣ ਥੱਲੇ ਅਤੇ ਥੱਲੇ ਜਾ ਕੇ ਆਪਾਂ ਬਾਏ ਬਾਏ ਟਾਟਾ ਬੋਲਦੇ ਹਾਂ ਫਿਲਹਾਲ ਗਰਮੀ ਬਹੁਤ ਅਤੇ ਚੱਕਦੇ ਹਾਂ ਤਾਰ ਆਪਾਂ ਬੰਨਤੀ ਹੈ ਸਹੀ ਸਲਾਮਤ ਅਤੇ ਚਲੋ ਹੁਣ ਚੱਲਦੇ ਹਾਂ ਆਪਾਂ ਥੱਲੇ ਨੂੰ ਸੋ ਗਾਇਜ਼ ਹੁਣ ਆ ਗਏ ਆਪਾਂ ਨੀਚੇ ਅਤੇ ਹੁਣ ਤੁਸੀਂ ਥੋੜ੍ਹੀ ਐਡੀਟਿੰਗ ਦੇ ਮਸਾਲੇ ਦੇ ਨਾਲ ਲਾ ਲਓ ਫੋਟੋ ਵਗੈਰਾ ਦੇਖੋ ਰਿਜ਼ਲਟ ਦੇਖੋ ਅਤੇ ਕਮੈਂਟ 'ਚ ਜ਼ਰੂਰ ਦੱਸਿਓ ਵੀ ਤੁਹਾਨੂੰ ਕਿਹੜੀ ਫੋਟੋ ਸਭ ਤੋਂ ਜ਼ਿਆਦਾ ਵਧੀਆ ਲੱਗੀ ਆ ਅਤੇ ਪਹਿਲਾਂ ਰਿਜ਼ਲਟ ਹੀ ਦੇਖ ਲਓ ਚਲੋ ਅਤੇ ਹਾਂਜੀ ਰਿਜ਼ਲਟ ਦੇਖ ਲਿਆ ਅਤੇ ਫਿਲਹਾਲ ਹੀ ਗਾਇਜ਼ ਇੰਨਾ ਹੀ ਸੀਗਾ ਮਿਲਾਂਗੇ ਜਲਦੀ ਹੁਣ ਆਪਾਂ ਨੈਕਸਟ ਵਲੋਗ ਵਿੱਚ ਨਵੇਂ ਆਈਡੀਆ ਦੇ ਨਾਲ ਸ਼ਾਇਦ ਆਊਟਡੋਰ ਸ਼ੂਟ ਕਰੀਏ ਸੋ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਅਤੇ ਇੰਸਟਾਗ੍ਰਾਮ ਆਈਡੀ 'ਤੇ ਜ਼ਰੂਰ ਚੈੱਕਆਊਟ ਕਰੋ ਫੋਟੋਜ਼ ਨੂੰ ਕਿਉਂਕਿ ਉੱਥੇ ਤੁਹਾਨੂੰ ਬੈਸਟ ਕੁਆਲਿਟੀ ਮਿਲੇਗੀ ਅਤੇ ਮਿਲਾਂਗੇ ਜਲਦੀ ਹੁਣ ਆਪਾਂ ਨੈਕਸਟ ਵਲੋਗ ਵਿੱਚ ਫਿਲਹਾਲ ਲਈ ਬਾਏ ਬਾਏ ਟਾਟਾ ਸੀ ਯੂ ਗਾਇਜ਼।